ਹੁਣ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਲਾਈਵ ਤੇ, ਜਿੱਥੇ ਕਿ ਹਰਪਾਲ ਚੀਮਾ ਦੇ ਵੱਲੋਂ ਜਿਹੜੀ ਮੀਟਿੰਗ ਕੀਤੀ ਜਾ ਰਹੀ ਸੀ ਖਤਮ ਹੋ ਚੁੱਕੀ ਹੈ। ਕਿਸ ਤਰ੍ਹਾਂ 13,000 ਪੰਜਾਬ ਦੇ ਅਧਿਆਪਕਾਂ ਨੂੰ, ਜਿਹੜੇ ਕੱਚੇ ਅਧਿਆਪਕ ਸੀਗੇ ਬਹੁਤ ਲੰਬੇ ਅਰਸੇ ਤੋਂ, ਉਹਨਾਂ ਨੂੰ ਅਸੀਂ ਪੱਕੇ ਕੀਤਾ ਗਾ। ਇਹ ਵੱਡਾ ਸਾਡੇ ਕੋਲ ਰਿਪੋਰਟ ਕਾਰਡ ਆ ਪੰਜਾਬ ਦਾ, ਪੰਜਾਬ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੱਡਾ ਰਿਪੋਰਟ ਕਾਰਡ ਆ, ਜਿਹੜਾ ਸਾਰੇ ਸਾਡੇ ਵਿਧਾਇਕਾਂ ਨੂੰ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ, ਸੰਜੇ ਸਿੰਘ ਜੀ ਨੇ ਪੜ੍ਹਾਇਆ ਗਾ, ਕਿਸ ਤਰ੍ਹਾਂ ਲੋਕਾਂ ਦੇ ਵਿੱਚ ਲੈ ਕੇ ਜਾਣਾ ਗਾ, ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ, ਕਿਸ ਤਰ੍ਹਾਂ ਆਰਗੇਨਾਈਜੇਸ਼ਨ, ਕਿਸ ਤਰ੍ਹਾਂ ਸਾਡੀਆਂ ਦੂਜੀਆਂ ਆਰਗੇਨਾਈਜੇਸ਼ਨਾਂ, ਕਿਸ ਤਰ੍ਹਾਂ MLA, ਕਿਸ ਤਰ੍ਹਾਂ ਜਿਹੜੇ ਕੈਂਡੀਡੇਟ ਨੇਗੇ ਪਾਰਲੀਮੈਂਟ ਦੇ ਕੈਂਡੀਡੇਟ ਨੇਗੇ, ਕਿਸ ਤਰ੍ਹਾਂ ਡੋਰ ਟੂ ਡੋਰ ਜਾਣਗੇ, ਕਿਸ ਤਰ੍ਹਾਂ ਸਭਾਵਾਂ ਕਰਾਂਗੇ, ਕਿਸ ਤਰ੍ਹਾਂ ਜਿਹੜੀਆਂ ਆਊਟਡੋਰ ਮੀਟਿੰਗਾਂ ਹੋਣਗੀਆਂ, ਇਹ ਸਾਰਾ ਅੱਜ ਪਾਠ ਜਿਹੜਾ ਗਾ ਉਹ ਸਾਡੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਜੀ ਨੇ ਸਾਨੂੰ ਪੜ੍ਹਾਇਆ। ਸੰਦੀਪ ਪਾਠਕ ਜੀ ਨੇ ਬੜੀਆਂ ਅੱਛੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਕਿ ਲੋਕਾਂ ਦੇ ਨਾਲ ਕਨੈਕਟ ਕਿੱਦਾਂ ਪੈਦਾ ਕਰਨਾ ਗਾ, ਕਿਸ ਤਰ੍ਹਾਂ BJP ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਾ ਗਾ, ਕਿਸ ਤਰ੍ਹਾਂ ਤਾਨਾਸ਼ਾਹੀ ਦਾ ਵਿਰੋਧ ਕਰਨਾ ਗਾ, ਕਿਸ ਤਰ੍ਹਾਂ ਦੇਸ਼ ਦੇ ਅੰਦਰ ਜੋ ਅਨਡਿਕਲੇਅਰ ਐਮਰਜੈਂਸੀ ਭਾਰਤੀ ਜਨਤਾ ਪਾਰਟੀ ਨੇ ਲਾਈ ਹੋਈ ਆ ਉਹਦਾ ਲੋਕਾਂ 'ਚ ਵਿਰੋਧ ਕਰਨਾ ਗਾ, ਕਿਸ ਤਰ੍ਹਾਂ ਅੱਜ ED ਨੂੰ, CBI ਨੂੰ, ਟੈਕਸ ਦੇ ਅਧਿਕਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਆਪਣੇ ਨਿੱਜੀ ਹਿੱਤਾਂ 'ਚ ਵਰਤ ਰਹੀ ਆ, ਕਿਸ ਤਰ੍ਹਾਂ ਜਦੋਂ ਚੋਣ ਜਾਬਤਾ ਲੱਗਿਆ ਹੋਇਆ, ਜਦੋਂ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ, ਉਦੋਂ ਇੱਕ ਜਾਲੀ ਫਰਜ਼ੀ ਕੇਸ ਦੀ ਇਨਵੈਸਟੀਗੇਸ਼ਨ ਦੇ ਨਾਂ ਦੇ ਉੱਤੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਡੱਕਿਆ ਹੋਇਆ, ਕਿਸ ਤਰ੍ਹਾਂ ਹੋਰ ਆਪੋਜੀਸ਼ਨ ਦੀਆਂ ਧਿਰਾਂ ਦੇ ਨੇਤਾਵਾਂ ਦੇ ਉੱਤੇ ਹਰ ਰੋਜ਼ ED ਭੇਜ ਰਹੇ ਨੇਗੇ, ਹਰ ਰੋਜ਼ CBI ਭੇਜ ਰਹੇ ਨੇਗੇ, ਹਰ ਰੋਜ਼ ਇਨਕਮ ਟੈਕਸ ਦੇ ਅਧਿਕਾਰੀਆਂ ਨੂੰ ਭੇਜ ਰਹੇ ਨੇਗੇ। ਇਹ ਸਾਰੀਆਂ ਗੱਲਾਂ ਪੰਜਾਬ ਦੇ ਲੋਕਾਂ 'ਚ ਲੈ ਕੇ ਜਾਣੀਆਂ ਨੇ, ਕਿਉਂਕਿ ਪੰਜਾਬ ਨੇ ਹਮੇਸ਼ਾ ਉਹਨਾਂ ਹੁਕਮਰਾਨਾਂ ਦਾ ਮੂੰਹ ਮੋੜਿਆ ਗਾ ਜਿਨ੍ਹਾਂ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਗਾ, ਜਿਨ੍ਹਾਂ ਨੇ ਦੇਸ਼ ਨਾਲ ਗਦਾਰੀ ਕੀਤੀ ਆ। ਕਿਉਂਕਿ ਅੱਜ ਦੇਸ਼ ਜਾਣਦਾ ਗਾ ਕਿ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਪੰਜਾਬ 'ਚੋਂ ਸ਼ੁਰੂ ਹੋਈ। 3 ਬਲੈਕ ਲਾ, 3 ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਸਰਕਾਰ ਪੰਜਾਬ 'ਚ ਲੈ ਕੇ ਆਈ ਸੀ, ਦੇਸ਼ 'ਚ ਲੈ ਕੇ ਆਈ ਸੀ। ਪਰ ਪੰਜਾਬ ਦੇ ਕਿਸਾਨਾਂ ਨੇ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਲੈਵਲ ਦਾ ਸੰਘਰਸ਼ ਜਿਹੜਾ ਉਹ ਦਿੱਲੀ ਦੀਆਂ ਬਰੂਹਾਂ 'ਤੇ ਲੜਿਆ, ਜਿਹਦੇ ਵਿੱਚ UP ਦੇ ਕਿਸਾਨ, ਹਰਿਆਣੇ ਦੇ ਕਿਸਾਨ, ਵੱਖ ਵੱਖ ਸਟੇਟਾਂ ਦੇ ਕਿਸਾਨਾਂ ਨੇ ਭਾਗ ਲਿਆ। ਅਲਟੀਮੇਟਲੀ ਜਿਹੜੀ ਜਿੱਤ ਆ ਪੰਜਾਬ ਦੇ ਕਿਸਾਨਾਂ ਦੀ, ਦੇਸ਼ ਦੇ ਕਿਸਾਨਾਂ ਦੀ ਹੋਈ। ਪੰਜਾਬ ਦੇ ਲੋਕ ਜਾਣਦੇ ਨੇਗੇ ਕਿ ਕਿਸ ਤਰ੍ਹਾਂ 750 ਤੋਂ ਉੱਪਰ ਕਿਸਾਨਾਂ ਨੂੰ ਸ਼ਹਾਦਤ ਦਾ ਜਾਮ, ਉਸ ਕਿਸਾਨੀ ਸੰਘਰਸ਼ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਪੀੜਾ ਪਿਆ। ਹੁਣ ਜਦੋਂ ਦੁਬਾਰਾ ਕਿਸਾਨਾਂ ਨੇ ਆਪਣਾ ਅੰਦੋਲਨ ਕੀਤਾ, ਜਦੋਂ ਜਾ ਕੇ ਆਪਣਾ ਪ੍ਰੋਟੈਸਟ ਕੀਤਾ, ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਗੋਲੀਆਂ ਦੇ ਨਾਲ ਕਿਸਾਨਾਂ ਨੂੰ ਮਾਰਿਆ, ਇਹ ਗੱਲ ਲੋਕਾਂ 'ਚ ਲੈ ਕੇ ਜਾਣੀ ਆ। ਪੰਜਾਬ ਜਾਣਦਾ, ਦੇਸ਼ ਜਾਣਦਾ, ਇਹ ਸਾਰੀਆਂ ਗੱਲਾਂ ਦਾ ਮੈਂ ਸਮਝਦਾ ਵਿਚਾਰ ਮੰਥਨ ਜਿਹੜਾ ਗਾ ਉਹ ਸਾਡੀ ਨੈਸ਼ਨਲ ਟੀਮ ਨੇ, ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ, ਸਾਡੇ ਸਾਰੇ ਵਿਧਾਇਕ ਦੇ ਨਾਲ, ਸਾਡੇ ਜਿੰਨੇ ਹਲਕਾ ਇੰਚਾਰਜ ਨੇ, ਸਾਡੇ ਚੇਅਰਮੈਨ ਸਾਹਿਬ ਨੇ, ਸਾਡੇ ਹੋਰ ਕਾਰਜਕਾਰੀ ਜਿਹੜੇ ਆਰਗੇਨਾਈਜੇਸ਼ਨ ਦੇ ਜਿੰਨੇ ਵੀ ਹੈੱਡ ਦੇ ਉਹਨਾਂ ਨਾਲ ਕੀਤਾ। ਸੋ ਮੈਂ ਸਮਝਦਾ ਬੜੀ ਪੋਜ਼ਿਟਿਵ, ਬੜੀ ਅੱਛੀ ਜਿਹੜੀ ਆ ਸਾਰਥਕ ਵਿਚਾਰ ਚਰਚਾ ਹੋਈ ਆ। ਸੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 13-0 ਦੇ ਨਾਲ ਪੰਜਾਬ 'ਤੇ ਜਿੱਤ ਪ੍ਰਾਪਤ ਕਰਨੀ ਆ। ਪੰਜਾਬ ਦੇ ਲੋਕ ਜਿਹੜੇ ਨੇਗੇ ਉਹ ਸਾਡਾ ਸਾਥ ਦੇਣਗੇ, ਔਰ ਸ਼੍ਰੋਮਣੀ ਅਕਾਲੀ ਦਲ BJP ਉਸ ਜਮਾਤ ਨੂੰ ਜਿਹੜਾ ਹਰਾਉਣਗੇ ਜਿਹਨੇ ਪੰਜਾਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਦੌਰ ਸ਼ੁਰੂ ਕੀਤਾ ਸੀ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਨ੍ਹਾਂ ਦੇ ਸਮੇਂ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਸਮੇਂ ਹੋਈ ਸੀ। ਔਰ ਪੰਜਾਬ ਦੇ ਅੰਦਰ ਕਿਸਾਨ ਦੀਆਂ ਖੁਦਕੁਸ਼ੀਆਂ ਦਾ ਦੌਰ ਕਾਂਗਰਸ ਪਾਰਟੀ ਸ਼ੁਰੂ ਹੋਇਆ ਸੀਗਾ। ਸੋ ਇਹਨਾਂ ਸਾਰੀਆਂ ਜਮਾਤਾਂ ਦਾ ਪੰਜਾਬ 'ਚੋਂ ਖਾਤਮਾ ਹੋਊਗਾ। ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਜਿਹੜੀ ਆ ਉਹ 13-0 ਦੇ ਨਾਲ ਜਿੱਤ ਪ੍ਰਾਪਤ ਕਰੂ। ਧੰਨਵਾਦ। ਦੇਖੋ ਮੈਂ ਪਹਿਲਾਂ ਗੱਲ ਕਹੀ ਆ ਕਿ ਪੰਜਾਬ ਜਾਣਦਾ ਗਾ ਕਿ ਜੋ 3 ਕਾਲੇ ਕਾਨੂੰਨ ਆਏ ਕੌਣ ਲੈ ਕੇ ਆਇਆ? ਭਾਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ ਉਸ ਸਮੇਂ ਦੇਸ਼ ਦੇ ਅੰਦਰ। 3 ਕਾਲੇ ਕਾਨੂੰਨ ਕਿਹਦੇ ਖਿਲਾਫ ਲੈ ਕੇ ਆਏ ਸੀ? ਦੇਸ਼ ਦੇ ਕਿਸਾਨ ਨੂੰ ਖਤਮ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਸੀਗੀ। ਹੁਣ ਜਦੋਂ ਦੁਬਾਰੇ ਦੇਸ਼ ਦੇ ਕਿਸਾਨ ਇਕੱਠੇ ਹੋ ਕੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਲਈ ਜਾ ਰਹੇ ਸੀ ਤਾਂ ਉਸ ਸਮੇਂ ਗੋਲੀਆਂ ਕਿਹਨੇ ਚਲਾਈਆਂ? ਕਿਸਾਨ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ। ਹਰਿਆਣੇ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ, ਕੇਂਦਰ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਤਾਂ ਬਿਲਕੁਲ ਮੈਂ ਸਮਝਦਾ ਕਿਸਾਨਾਂ ਦਾ ਹੱਕ ਬਣਦਾ ਗਾ ਕਿ ਆਪਣੇ ਸਵਾਲ ਪੁੱਛਣ। ਮੈਂ ਅੱਜ ਹੀ ਹੁਣੀ ਦੇਖ ਰਿਹਾ ਸੀਗਾ ਤੁਹਾਡੇ ਜ਼ਰੀਏ, ਪ੍ਰੈਸ ਦੇ ਜ਼ਰੀਏ, ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਆ ਕਿ ਪੁਰਅਮਨ ਸ਼ਾਂਤੀਪੂਰਵਕ ਢੰਗ ਦੇ ਨਾਲ ਸਵਾਲ ਪੁੱਛੇ ਜਾਣ। ਸੋ ਸਵਾਲਾਂ ਦਾ ਜਵਾਬ ਦੇਣ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਦੇ ਕੈਂਡੀਡੇਟ ਸਵਾਲਾਂ ਦਾ ਜਵਾਬ ਦੇਣ, ਨਾ ਕਿ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਣ। ਸੋ ਇੱਥੋਂ ਪਤਾ ਲੱਗਦਾ ਗਾ ਕਿ ਭਾਰਤੀ ਜਨਤਾ ਪਾਰਟੀ ਦੇਸ਼ 'ਚੋਂ ਹਾਰ ਚੁੱਕੀ ਆ। ਜਦੋਂ ਕੋਈ ਵੀ ਹੁਕਮਰਾਨ ਕੋਈ ਵੀ ਰਾਜ ਕਰਦੀ ਧਿਰ ਪੁਰਸ਼ ਦਾ ਸਹਾਰਾ ਲੈਂਦੀ ਆ, ED ਦਾ ਸਹਾਰਾ ਲੈਂਦੀ ਆ, CBI ਦਾ ਸਹਾਰਾ ਲੈਂਦੀ ਆ, ਤਾਂ ਇਹਦਾ ਮਤਲਬ ਉਹਦਾ ਕੇਡਰ ਜਿਹੜਾ ਨਿਰਾਸ਼ ਆ ਉਹ ਬਿਲਕੁਲ ਨਿਰਾਸ਼ਾ ਦੇ ਆਲਮ ਦੇ ਵਿੱਚ ਆ। ਇਸੇ ਗੱਲ ਕਰਕੇ ਭਾਰਤੀ ਜਨਤਾ ਪਾਰਟੀ ਇਹਨਾਂ ਏਜੰਸੀਆਂ ਦਾ ਸਹਾਰਾ ਲੈ ਰਹੀ ਆ, ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਲੋਕ ਸਭਾ ਦੀ ਚੋਣ ਆ ਉਹ 'ਚ ਉਦੋਂ ਹਾਰ ਦਾ ਸਾਹਮਣਾ ਕਰਨਾ ਪਊ। ਬਿਲਕੁਲ, ਦੇਖੀਏ ਹਮਾਰੇ ਸੈਕੰਡ ਟਾਈਮ ਕੇ ਮੈਂਬਰ ਲੋਕ ਸਭਾ ਸੰਜੇ ਸਿੰਘ ਜੀ ਇੱਕ ਬੁਲੰਦ ਆਵਾਜ਼ ਕੇ ਲਈ ਜਾਣੇ ਜਾਤੇ ਹੈਂ, ਜੋ ਦੇਸ਼ ਕੀ ਪਾਰਲੀਮੈਂਟ ਮੇਂ ਸਬਸੇ ਬੜੇ ਵੋਕਲ ਹਮਾਰੇ ਪ੍ਰਵਕਤਾ ਹੈ, ਬੜੇ ਅੱਛੇ ਢੰਗ ਸੇ ਉਹ ਦੇਸ਼ ਕੇ ਲੋਕੋ ਕੀ ਆਵਾਜ਼, ਦੇਸ਼ ਕੇ ਲੋਕੋ ਕੀ ਸਮੱਸਿਆ, ਦੇਸ਼ ਕੇ ਲੋਕੋ ਕੋ ਕਿਆ ਚਾਹੀਏ, ਦੇਸ਼ ਕੇ ਲੋਕੋ ਕੇ ਖਿਲਾਫ ਭਾਰਤੀ ਜਨਤਾ ਪਾਰਟੀ ਕਿਆ ਕਰ ਰਹੀ ਹੈ, ਉਸਕੇ ਬਾਰੇ ਮੇਂ ਸਬਸੇ ਅੱਛੇ ਤਰੀਕੇ ਸੇ ਹਮਾਰੇ ਰਾਜ ਸਭਾ ਸਾਂਸਦ ਸੰਜੇ ਸਿੰਘ ਜੀ ਬੜੀ ਬੁਲੰਦ ਆਵਾਜ਼ ਮੇਂ ਦੇਸ਼ ਕੀ ਪਾਰਲੀਮੈਂਟ ਮੇਂ ਆਪਣਾ ਪੱਖ ਰੱਖਤੇ ਹੈ। ਸੋ ਆਜ ਵੋ 6 ਮਹੀਨੇ ਕੇ ਬਾਅਦ, ਪੂਰੇ 6 ਮੰਥ ਕੇ ਬਾਅਦ, ਆਫਟਰ 6 ਮੰਥ ਉਹ ਜੇਲ੍ਹ ਸੇ ਬਾਹਰ ਰਿਹਾ ਹੋ ਕੇ ਬਾਹਰ ਆਏ ਹੈ। ਉਨਕਾ ਬਹੁਤ ਬੜਾ ਅਭਿਨੰਦਨ ਹੁਆ ਹੈ, ਉਨਕਾ ਬਹੁਤ ਬੜਾ ਸਵਾਗਤ ਹੁਆ ਹੈ, ਕਿਉਂਕਿ ED ਨੇ CBI ਨੇ ਖੁਦ ਦੇਸ਼ ਕੀ ਸਰਵਉੱਚ ਅਦਾਲਤ ਮੇਂ ਇਹ ਮਾਨਾ, ਇਹ ਐਡਮਿਟ ਕੀਆ ਕਿ ਸੰਜੇ ਸਿੰਘ ਜੀ ਕੇ ਖਿਲਾਫ ਕੋਈ ਵੀ ਕੇਸ ਨਹੀਂ ਬਣਤਾ। ਸੋ ਇਸ ਪਤਾ ਚਲਤਾ ਹੈ ਕਿ ਦੇਸ਼ ਕੀ ਏਜੰਸੀਆਂ ਕੈਸੇ BJP ਕੇ ਹਾਥੋਂ ਮੇਂ ਖੇਲ ਰਹੀ ਹੈ, ਕੈਸੇ ਸੰਵਿਧਾਨ ਕੀ ਦਜੀਆਂ ਉਡਾਈ ਜਾ ਰਹੀ ਹੈ। ਦੇਖੋ ਇਹ ਹੁਣ ਕੋਡ ਆਫ ਕੰਡਕਟ ਲੱਗਿਆ ਹੈਗਾ, ਜਿਹਦੀ ਵੀ ਕਿਤੇ ਪੇਮੈਂਟ ਹੈਗੀ ਆ ਉਹ ਆਲਰੇਡੀ ਸਭ ਦੀ ਕਲੀਅਰ ਹੋ ਰਹੀ ਹੈ, ਬਹੁਤ ਛੋਟਾ ਇਸ਼ੂ ਆ। ਸੋ ਜਿਹਦਾ ਵੀ ਸਾਡੇ ਧਿਆਨ ਚਾਹੁੰਦਾ ਸੀ ਨਾਲ ਕਲੀਅਰ ਕਰ ਰਹੇ। ਧੰਨਵਾਦ।